ਦੋਵਾਂ ਫੋਰਮਾਂ ਵੱਲੋਂ ਅੱਜ ਦੇਸ਼ ਭਰ ਦੇ ਵਿੱਚ WTO ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਆ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ। ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20-30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ, ਕਾਰਪੋਰੇਟ ਘਰਾਣਾ ਦਾ, WTO ਦਾ ਸਾੜਾਂਗੇ। ਇੱਦਾਂ ਖਨੌਰੀ ਤੇ ਹੋਊਗਾ। ਤੋ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲਾਂ ਗਏ ਸੀ। 51 ਜਥੇਬੰਦੀਆਂ ਸਾਨੂੰ ਤਾਮਿਲਨਾਡੂ ਤੋਂ ਸਮਰਥਨ ਦਿੱਤਾ ਸੀ। 22 ਨੇ ਕਿਹਾ ਤੁਹਾਡੇ ਕੋਲ ਆਉਣਾ। 17 ਸਾਨੂੰ ਕੇਰਲਾ ਚੋਂ ਸਮਰਥਨ ਮਿਲਿਆ ਸੀ। 5 ਬਿਹਾਰ ਦੇ ਵਿੱਚੋਂ, 2 ਮੱਧ ਪ੍ਰਦੇਸ਼ ਦੇ ਵਿੱਚੋਂ, ਤਕਰੀਬਨ ਇਸ ਵੇਲੇ ਯੂਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ। ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ। ਇਸ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ। ਉੱਤਰਾਖੰਡ ਤੋਂ 2 ਜਥੇਬੰਦੀਆਂ ਹੈਗੀਆਂ ਨੇ। ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ। ਉਹਨਾਂ ਦਾ ਧੰਨਵਾਦੀ ਆ। ਤੋ ਇਸ ਤਰੀਕੇ ਨਾਲ ਪੰਜਾਬ ਅੱਡ ਹੈਗਾ। ਤੋ 9-10 ਰਾਜਾਂ ਦੇ ਵਿੱਚੋਂ ਸੈਂਕੜੇ ਜਥੇਬੰਦੀਆਂ, ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ। ਇਸੇ ਤਰ੍ਹਾਂ SKM ਗੈਰ ਰਾਜਨੀਤਿਕ ਆ, ਉਹਨਾਂ ਦਾ ਵੀ, ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਵਾ ਜਿਹੜੀਆਂ ਸਮਰਥਨ ਕਰ ਰਹੀਆਂ। ਬਾਕੀ ਪੂਰੇ ਦੇਸ਼ ਭਰ ਤੋਂ ਡੱਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ। ਤੋ 200+ ਜਥੇਬੰਦੀਆਂ ਦਾ ਇਹ 2 ਵੱਡੇ ਫੋਰਮ ਅੰਬਰੇਲਾ ਹੈਗੇ ਨੇ। ਔਰ ਘੋਲ ਅੱਗੇ ਵੱਧ ਰਿਹਾ ਹੈਗਾ। ਸਰਕਾਰ ਦਬਾਅ 'ਚ ਆ ਔਰ ਦਬਾਅ 'ਚ ਆ ਕੇ ਹੁਣ ਉਹ ਬੈਰੀਗੇਟ ਦਿੱਲੀ ਵਾਲੇ ਉਹਨੇ ਖੋਲ੍ਹੇ ਨੇ, ਭਾਵੇਂ ਇੱਥੇ ਨਹੀਂ ਖੋਲ੍ਹੇ ਹੈਗੇ। ਤੋ ਇਹ ਮੋਰਚਾ ਜਾ ਰਿਹਾ, ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ। ਇਸ ਕਰਕੇ MSP ਗਰੰਟੀ ਕਾਨੂੰਨ ਤੇ ਹੋਰਨਾਂ ਮੰਗਾਂ ਮਨਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ, ਅੱਜ ਦੇ ਪ੍ਰੋਗਰਾਮ ਕਰੋ। ਧੰਨਵਾਦ।